ਆ ਚੁੱਕ ਤਾਂ ਪਿਆ ਤੁਸੀਂ? ਹਾਂਜੀ ਚੁੱਕ। ਅੱਛਾ ਠੀਕ ਹੈ ਜੀ। ਫਿਰ ਆਪਾਂ ਰਸ਼ੀਅਨ ਟਰੈਕਟਰਸ ਤੋਂ ਹੁਣ ਇੰਗਲੈਂਡ ਦੇ ਟਰੈਕਟਰ 'ਤੇ ਸ਼ਿਫਟ ਹੁੰਦੇ ਹਾਂ। ਰਸ਼ੀਅਨ ਟਰੈਕਟਰਸ ਤਾਂ ਵੈਸੇ ਵੀ ਬਹੁਤ ਟ੍ਰੈਂਡਿੰਗ ਰਹਿੰਦੇ ਨੇ, ਬਹੁਤ ਕੁਝ ਪਿਆ ਯੂਟਿਊਬ ਦੇ ਉੱਤੇ, ਫੇਸਬੁੱਕ ਦੇ ਉੱਤੇ, ਵਟਸਐਪ ਦੇ ਉੱਤੇ, ਟਵਿੱਟਰ ਦੇ ਉੱਤੇ। ਪਰ ਇੰਗਲੈਂਡ ਦੇ ਟਰੈਕਟਰਸ ਬਾਰੇ ਮੈਂ ਕੁਝ ਜ਼ਿਆਦਾ ਹਾਲੇ ਤੱਕ ਦੇਖ ਨਹੀਂ ਪਾਇਆ। ਹੁਣ ਤੁਹਾਡੇ ਕੋਲ ਆਏ ਹਾਂ ਔਰ ਤੁਸੀਂ ਇੰਗਲੈਂਡ ਦੇ ਟਰੈਕਟਰ ਦੇ ਨਾਲ ਖੜ੍ਹੇ ਹੋ, ਤੁਹਾਡਾ ਆਪਣਾ ਟਰੈਕਟਰ ਹੈ, ਇਹਦੇ ਬਾਰੇ ਕੁਝ ਪਾਓ ਚਾਨਣਾ, ਕੁਝ ਸਾਨੂੰ ਦੱਸੋ। ਇਹ ਟਰੈਕਟਰ ਜੀ ਮੇਰੇ ਸਤਿਕਾਰਯੋਗ ਸਵਰਗਵਾਸੀ ਪਿਤਾ ਜੀ ਸਰਦਾਰ ਮਨਪੂਲ ਸਿੰਘ ਜੀ ਨੇ 1959 'ਚ ਨਵਾਂ ਖਰੀਦਿਆ ਸੀ। ਉਸ ਵਕਤ ਜਿਹੜੀ ਇਹਦੀ ਕੀਮਤ ਸੀ ਉਹ 16,000 ਰੁਪਈਏ ਸੀ। ਔਰ ਇਹ ਟਰੈਕਟਰ ਇੰਗਲੈਂਡ ਦਾ ਬਣਿਆ ਹੋਇਆ, ਇਹਦਾ ਨਾਮ ਪਾਵਰ ਫੋਰਸ ਐਂਡ ਮੇਜਰ ਹੈ। ਔਰ ਇਹ ਟਰੈਕਟਰ ਇਤਨਾ ਅੱਛਾ, ਇਤਨਾ ਕਾਮਯਾਬ ਟਰੈਕਟਰ ਹੈ ਕਿ ਬਹੁਤ ਜ਼ਿਆਦਾ ਕੰਮ ਲੈਣ ਦੇ ਬਾਵਜੂਦ ਵੀ ਤੁਸੀਂ ਇਹ ਦੇਖ ਲਿਓ ਵੀ ਅੱਜ 60 ਸਾਲਾਂ ਬਾਅਦ ਵੀ ਇਸ ਦਾ ਨਾ ਕੋਈ ਲੋਹਾ ਖਰਾਬ ਹੋਇਆ, ਨਾ ਇਸ ਨੂੰ ਕਿਤੇ ਜੰਗ ਲੱਗੀ, ਔਰ ਨਾ ਹੀ ਇਹਦੇ 'ਚ ਕੋਈ ਮੇਜਰ ਪ੍ਰੋਬਲਮ ਆਈ। ਇਹ ਅੱਜ ਵੀ ਸੈਲਫ ਸਟਾਰਟ ਔਰ ਜਿਉਂ ਦਾ ਤਿਉਂ। ਔਰ ਤੀਸਰੀ ਗੱਲ ਇਹ ਹੈ ਵੀ ਅੱਜ ਤਾਂ ਇਹ ਹਿੰਦੁਸਤਾਨ 'ਚ ਬਹੁਤ ਅੱਛੇ ਟਰੈਕਟਰ ਬਣ ਗਏ, ਮੈਂ ਇਹ ਮੰਨਦਾ ਹੈ। ਲੇਕਿਨ ਇੰਨਾ ਪੁਰਾਣਾ ਹੋਣ ਦੇ ਬਾਵਜੂਦ ਵੀ ਇਹਦੀ ਜਿਹੜੀ ਲਿਫਟ ਹੈ ਉਹ ਵੀ ਬਿਲਕੁਲ ਆਟੋਮੈਟਿਕ ਲਿਫਟ ਹੈ, ਬਹੁਤ ਵਧੀਆ ਕੰਮ ਕਰਦੀ ਹੈ। ਅਸੀਂ ਹੁਣ ਵੀ ਇਸ ਤੋਂ ਕੰਮ ਥੋੜ੍ਹਾ ਬਹੁਤ ਲੈਂਦੇ ਹਾਂ ਖੇਤਾਂ 'ਚ। ਔਰ ਬਾਕੀ ਤੁਹਾਡੇ ਸਾਹਮਣੇ ਹੈ, ਬਿਲਕੁਲ ਸੈਲਫ ਸਟਾਰਟ ਹੈ ਔਰ ਬਿਲਕੁਲ ਆਲਰੇਡੀ ਹਾਲਤ 'ਚ ਖੜ੍ਹੇ ਹੈ।
ਤਾਂ ਇੱਕ ਕੁਐਸਚਨ ਤਾਂ ਬਾਈ ਡਿਫਾਲਟ ਬਣਦਾ ਹੀ ਬਣਦਾ ਕਿ ਤੁਸੀਂ ਇੱਕ ਪਾਸੇ ਤਾਂ ਜਿਹੜਾ ਰਸ਼ੀਅਨ ਟੈਕਨੋਲੋਜੀ ਯੂਜ਼ ਕਰ ਰਹੇ ਹੋ ਇੰਨੇ ਸਾਲਾਂ ਤੋਂ, ਇੱਕ ਪਾਸੇ ਤੁਹਾਡੇ ਕੋਲ ਇੰਗਲੈਂਡ ਦਾ ਟਰੈਕਟਰ ਹੈ, ਤਾਂ ਜੇ ਦੋਨਾਂ ਦਾ ਕੰਪੈਰੀਜ਼ਨ ਕਰੀਏ ਤਾਂ ਵਿਨਰ ਕੌਣ ਹੈ, ਕਿਹਨੂੰ ਤੁਸੀਂ ਫਿਰ ਜੇਤੂ ਕਹੋਗੇ? ਨਹੀਂ, ਅਸੀਂ ਦੋਨਾਂ ਨੂੰ ਜੇਤੂ ਮੰਨਦੇ ਹਾਂ ਜੀ। ਉਹਦਾ ਕਾਰਨ ਇਹ ਹੈ ਵੀ ਨਾ ਪ੍ਰੋਬਲਮ ਕੋਈ ਅੱਜ ਤੱਕ ਉਹਨਾਂ 'ਚ ਆਈ, ਨਾ ਕਿਤੇ ਉਹਨਾਂ ਨੂੰ ਵੀ, ਤੁਸੀਂ ਦੇਖ ਲਓ ਇੰਨੇ ਪੁਰਾਣੇ ਬਾਈਲਰਸ ਹੈ, ਅੱਜ ਤੱਕ ਕਿਤੇ ਮਗਰਾੜ 'ਚ ਜਾਂ ਕਿਤੇ ਇਹਦੀ ਸ਼ੋਅ 'ਚ ਜਾਂ ਕਿਤੇ ਵੀ ਨਾ ਜੰਗ ਪਿਆ ਨਾ ਕਿਤੋਂ ਉਹ ਖਰਾਬ ਹੋਈ। ਇਸੇ ਤਰ੍ਹਾਂ ਇਸ ਦਾ ਇਹਦੇ ਮਗਰਾੜ ਤੁਸੀਂ ਦੇਖੋ, ਨਾਲ ਦੇ ਮਗਰਾੜ ਲੱਗੇ ਹੋਏ ਹੈ, 60 ਸਾਲ ਪੁਰਾਣੇ ਤਾਂ ਮਗਰਾੜ ਰਹਿ ਹੀ ਨਹੀਂ ਸਕਦੇ, ਲੇਕਿਨ ਇਹਨਾਂ ਨੂੰ ਅੱਜ ਤੱਕ ਬਿਲਕੁਲ ਵੀ ਕਿਤੇ ਨਾ ਜੰਗ ਨਾ ਕਿਤੋਂ ਇਹ ਖਰਾਬ ਹੋਏ ਔਰ ਨਾ ਹੀ ਇਹਦੀ ਸ਼ੋਅ ਖਰਾਬ ਹੋਈ, ਨਾ ਇਹਦਾ ਕੋਈ ਅਗਲਾ ਹਿੱਸਾ ਜਿਵੇਂ ਉਹਦੇ ਬੈਰਿੰਗ ਜਾਂ ਸਪੈਂਡਲ ਕੋਈ ਚੀਜ਼ ਇਹਦੀ ਖਰਾਬ ਨਹੀਂ ਅੱਜ ਤੱਕ ਹੋਈ। ਔਰ ਇਹਦਾ ਵੀ ਮੈਂ ਪਹਿਲਾਂ ਵੀ ਜ਼ਿਕਰ ਕਰਿਆ ਹੈ ਕਿ ਇਹਦਾ ਵੀ ਮੇਰੇ ਕੋਲ ਬਹੁਤ ਜ਼ਿਆਦਾ ਇੰਜਣ ਵੀ ਸਪੇਅਰ ਹੈਗਾ ਸਾਡੇ ਕੋਲ ਇਸਦਾ। ਅੱਛਾ ਜੀ। ਹਾਂ, ਇਹਦਾ ਇੰਜਣ ਵੀ ਸਪੇਅਰ ਹੈਗਾ ਔਰ ਇਹਦਾ ਬਾਕੀ ਜਿਹੜਾ ਸਮਾਨ ਹੈ ਜਿਵੇਂ ਸਪੈਂਡਲ ਨੇ ਔਰ ਜਿਵੇਂ ਲਿਫਟ ਦਾ ਸਮਾਨ ਹੈ ਜਾਂ ਕੋਈ ਹੋਰ ਬਹੁਤ ਸਾਰੇ ਸਮਾਨ ਨੇ, ਵਾਟਰ ਬਾਡੀ ਹੈ, ਇਸ ਤਰ੍ਹਾਂ ਦਾ ਸਾਡੇ ਕੋਲ ਸਮਾਨ ਜਿਹੜਾ ਹੈਗਾ ਉਹ ਬਹੁਤ ਸਾਰਾ ਘਰੇ ਸਪੇਅਰ ਪਿਆ ਅਵੇਲੇਬਲ ਹੈ। ਇਹ ਕਿੰਨੇ ਹਾਰਸ ਪਾਵਰ ਦਾ ਜੀ ਟਰੈਕਟਰ? ਇਹ 52 ਹਾਰਸ ਪਾਵਰ ਦਾ ਟਰੈਕਟਰ ਹੈ। ਔਰ ਇਹਦੀ ਫਿਊਲ ਕੰਜ਼ਪਸ਼ਨ? ਇਹਦੀ ਫਿਊਲ ਕੰਜ਼ਪਸ਼ਨ ਹੈ ਜਿਹੜੀ ਉਹ ਬਹੁਤ ਹੀ ਇਤਨੀ ਵਧੀਆ ਬਣਾਈ ਹੈ ਕੰਪਨੀ ਨੇ ਕਿ ਜੇ ਤੁਸੀਂ ਲਾਈਟ ਕੰਮ ਕਰੋਗੇ ਤਾਂ ਇਹ ਬਹੁਤ ਹੀ ਛੋਟੇ ਟਰੈਕਟਰ ਜਿੰਨਾ ਡੀਜ਼ਲ ਖਾਏਗਾ ਔਰ ਜੇ ਤੁਸੀਂ ਵੱਡਾ ਕੰਮ ਲੈਣਾ ਚਾਹੋ ਤਾਂ ਇਹ ਟਰੈਕਟਰ ਵੱਡਾ ਕੰਮ ਵੀ ਤੁਹਾਡਾ ਬੜੀ ਮਤਲਬ ਕਿ ਘੱਟ ਤੇਲ ਦੇ ਨਾਲ ਜ਼ਿਆਦਾ ਕੰਮ ਕਰੇਗਾ। ਕੋਈ ਹੋਰ ਇਸ ਟਰੈਕਟਰ ਨਾਲ, ਇਸ ਟਰੈਕਟਰ ਦੀ ਪਰਚੇਜ਼ ਨਾਲ ਕੋਈ ਜੁੜੀ ਗੱਲ ਤੁਹਾਨੂੰ ਯਾਦ ਆਉਂਦੀ ਹੋਵੇ, ਕੋਈ ਕਹਾਣੀ ਯਾਦ ਆਉਂਦੀ ਹੋਵੇ, ਕੋਈ ਕਿੱਸਾ ਯਾਦ ਆਉਂਦਾ ਹੋਵੇ? ਕਹਾਣੀ ਤਾਂ ਇਹ ਹੈ ਜੀ ਵੀ ਇਹ ਸਾਨੂੰ ਇੱਕ ਬੜੀ ਹਿਸਟੋਰੀਕਲੀ ਚੀਜ਼ ਹੈ ਸਾਡੇ ਵਾਸਤੇ ਕਿਉਂਕਿ ਮੇਰੀ ਏਜ ਹੈ ਜਿਹੜੀ ਉਸ ਵਕਤ 4 ਸਾਲ ਸੀ ਜਦੋਂ ਮੇਰੇ ਪਿਤਾ ਜੀ ਨੇ ਖਰੀਦਿਆ ਔਰ ਅੱਜ ਸਾਡੇ ਵਾਸਤੇ ਇਹ ਇੱਕ ਬਹੁਤ ਬੜਾ ਗਹਿਣਾ ਹੈ, ਸਾਡੇ ਵਾਸਤੇ ਬਹੁਤ ਵੱਡੀ ਇੱਕ ਚੀਜ਼ ਹੈ। ਅਸੀਂ ਤਾਂ ਇਹਨਾਂ ਨੂੰ ਸਵੇਰੇ ਧੂਫ ਬੱਤੀ ਕਰਕੇ ਫਿਰ ਆਪਣਾ ਕੋਈ ਕੰਮ ਸਟਾਰਟ ਕਰਦੇ ਹਾਂ, ਅਸੀਂ ਵਿਸ਼ਵਾਸ ਰੱਖਦੇ ਹਾਂ ਵੀ ਇਸ ਲੋਹੇ ਨੂੰ ਸਾਨੂੰ ਬਹੁਤ ਭਾਗ ਲਾਏ। ਤਾਂ ਜੇ ਆਪਾਂ ਇਹ ਕਹੀਏ ਵੀ ਇਹ ਸ਼ੌਂਕ ਨਹੀਂ ਹੈਗੀ, ਇਹ ਇਬਾਦਤ ਹੈ, ਤਾਂ ਗਲਤ ਹੈ ਕਿ ਸਹੀ ਹੈ? ਹੈਂਜੀ, ਇਹ ਸ਼ੌਂਕ ਨਹੀਂ ਹੈਗੀ, ਇਹ ਇਬਾਦਤ ਹੈ। ਨਹੀਂ, ਇਹ ਸ਼ੌਂਕ ਵੀ ਹੈ ਔਰ ਇਬਾਦਤ ਵੀ ਹੈ। ਠੀਕ ਹੈ, ਥੈਂਕ ਯੂ। ਜੋ ਇੰਗਲੈਂਡ ਦਾ ਇੰਜਣ ਹੈ ਜੀ, ਔਰ ਇਹ ਜਰਨਲ ਓਵਰਹਾਲ ਹੋਇਆ ਵਾ, ਇਸਕੀ ਸਾਰੀ ਕਰੈਂਕ ਕਰੂੰ ਕਰਲਮ ਪਰਲਮ ਬਿਲਕੁਲ ਰੇਡੀ ਹੈ। ਕਿਹੜੇ ਟਰੈਕਟਰ ਦਾ ਇੰਜਣ ਹੈ ਜੀ? ਇਸੀ ਘੱਟ ਜਿਹੜਾ ਨੀਲੇ ਰੰਗ ਦਾ ਪਾਵਰ ਫੋਰਸਨ ਮੇਜਰ। ਕੀ ਨਾਮ ਹੈ ਉਹਦਾ? ਪਾਵਰ ਫੋਰਸਨ ਮੇਜਰ। ਆ ਚੁੱਕ ਤਾਂ ਪਿਆ ਤੁਸੀਂ? ਅੱਛਾ, ਇਹ ਸੁੱਚ ਲੱਗਿਆ।